ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਪੰਜ ਗ੍ਰਾਂਈ ਖੁਰਦ, ਇਹ ਪਿੰਡ ਬਾਘਾ ਪੁਰਾਣਾ ਤਹਿਸੀਲ ਅਤੇ ਮੋਗੇ ਜ਼ਿਲ੍ਹੇ ਦਾ ਹੈ। ਬਾਘੇ ਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਆਉਂਦਾ ਸਰਾਂ ਜਰਸੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਹਾਂ, ਅਤੇ ਇਹ ਭਰਾ ਵਪਾਰ ਦਾ ਕੰਮ ਕਰਦਾ। ਸੰਨ 'ਚ ਝੋਨਾ ਵੱਢਣਾ ਅਤੇ ਕਣਕ ਬੀਜਣਾ, ਉਹਦੇ ਕਰਕੇ ਕੁਛ ਟਾਈਮ ਇੱਥੇ ਵਪਾਰ ਦਾ ਕੰਮ ਰੁਕਿਆ ਰਿਹਾ, ਪਰ ਹੁਣ ਨਵੀਂ ਸ਼ੁਰੂਆਤ ਬਾਈ ਨੇ ਕਰਤੀ ਹੈ ਅਤੇ ਸਾਰਾ ਸਿਆਲ ਤੁਹਾਨੂੰ ਇੱਥੋਂ ਜਰਸੀ ਨਸਲ ਦੀਆਂ ਗਾਵਾਂ ਦਿਖਾਉਂਦੇ ਰਹਾਂਗੇ। ਅੱਜ ਦੀ ਵੀਡੀਓ ਦੀ ਸ਼ੁਰੂਆਤ ਜਿਹੜੀ ਆਪਾਂ ਕਰਾਂਗੇ, ਇਹਦੇ 'ਚ ਅੱਗੇ ਤਾਜ਼ੀ ਸੂਈ ਵੀ ਗਾਂ ਤੋਂ ਕਰਨੀ ਹੈ। ਇਹਦੇ ਨਾਲ ਬੱਚਾ ਵੱਛੀ ਹੈ, ਵੱਛੀ ਦਾ ਨਾੜੂਆ ਨਾਲ ਹੈ, ਵੈਸੇ ਤੁਹਾਨੂੰ ਨੇੜੇ ਤੋਂ ਵੀ ਦਿਖਾ ਦੂੰਗਾ। ਚੰਗੀ ਧਾਰ, ਸੋਹਣੇ ਦੁੱਧ ਵਾਲੀ ਹੈ ਜਰਸੀ ਗਾਂ ਪਹਿਲੇ ਨੰਬਰ 'ਤੇ। ਇੱਕ ਵੈੜ ਇਹਦੇ ਨਾਲ ਖੜੀ ਹੈ, ਦੱਸੋ ਜਿਹੜੀ ਤੁਹਾਨੂੰ ਵੀਡੀਓ 'ਚ ਦਿਖਾਉਣੀ ਹੈ। ਇੱਕ ਇੱਧਰ ਵੱਛੀ ਹੋਰ ਹੈਗੀ ਹੈ, ਨਗ ਟੋਟਲ 3 ਹੈ। ਇਹਨਾਂ 'ਚੋਂ ਜਿਹੜਾ ਪਸ਼ੂ ਤੁਹਾਨੂੰ ਚੰਗਾ ਲੱਗਿਆ ਉਹ ਆਪਦੀ ਤਸੱਲੀ ਕਰਕੇ ਖਰੀਦ ਲਓ ਜੇ। ਨੰਬਰ ਸਕਰੀਨ ਉੱਤੇ ਸਿੱਧਾ ਚੱਲਦਾ ਰਹਿਣਾ। ਸ਼ੁਰੂਆਤ ਦੁੱਧ ਵਾਲੀ ਜਰਸੀ ਤੋਂ ਕਰਦੇ ਹਾਂ, ਉਦੋਂ ਬਾਅਦ 'ਚ ਦੂਜੇ ਬੱਚੇ ਜਿਹੜੇ ਹੈਗੇ ਉਹ ਤੁਹਾਨੂੰ ਦਿਖਾ ਦਿੰਦੇ ਹਾਂ। ਮਿਲਦੇ ਹਾਂ ਬਾਈ ਨੂੰ। ਸੰਦੀਪ ਬਾਈ ਸਤਿ ਸ੍ਰੀ ਅਕਾਲ ਬਾਈ। ਸਤਿ ਸ੍ਰੀ ਅਕਾਲ ਜੀ ਸੰਦੀਪ। ਹੁਣ ਤਾਂ ਰੂਟੀਨ 'ਚ ਚੱਲਦਾ ਰਹੂਗਾ ਕੰਮ? ਹਾਂਜੀ ਹਾਂਜੀ ਬਾਈ। ਜਰਸੀ ਲਿਆਉਣ ਦੀ ਕੋਸ਼ਿਸ਼ ਰਹਿਣੀ ਹੈ? ਨਹੀਂ, ਨਾਲ HF ਵੀ ਲਿਆ ਕਰਾਂਗੇ। HF ਵੀ ਲਿਆ ਕਰਾਂਗੇ। ਹਾਂਜੀ ਹਾਂਜੀ। ਪਹਿਲੇ ਨੰਬਰ ਤੇ ਗਾਂ ਬਾਈ, ਇਹ ਕਿੰਨਵਾਂ ਸੂਆ ਸੂਈ? ਬਾਈ ਦੂਜਾ ਸੂਆ ਸੂਈ ਆਈ। ਪੰਜਵਾਂ ਕ ਦਿਨ ਸੂਈ ਨੂੰ ਆਈ ਇਹਨੂੰ। ਠੀਕ ਹੈ, ਆਪਾਂ ਲਈ ਇਹ ਸੂਈ ਸੀ ਜਮਾਂ ਤਾਜ਼ੀ ਬਾਈ, ਪਰ ਖਾਲੀ ਬੋਲੇ ਤੋਂ ਆਪਣੇ ਘਰੇ ਹੋਈ ਵੀਡੀਓ ਹੈਗੀ ਆਈ। ਠੀਕ ਹੈ, 20 ਕਿਲੋ ਬੋਲੇ ਤੋਂ ਬਾਈ ਖਾਲੀ ਹੋਈ ਆਈ। ਕਿੰਨੇ ਤੋਂ? 20 ਕਿਲੋ ਤੋਂ ਹੀ। ਹੁਣ 20 ਕਿਲੋ ਹੋਊਗਾ? ਨਹੀਂ, ਹੁਣ ਹੋਊਗਾ ਬਾਈ 18-17 ਹੀ। 18-17 ਕਿਲੋ ਹੋ ਗਿਆ ਹੈਗਾ। ਜਦੋਂ ਖਾਲੀ ਕੀਤੀ ਨਾ ਥੋੜਾ ਜਿਹਾ ਬਾਈ, ਕਾਰਨ ਕੀ, ਜਦੋਂ ਆਪਣੇ ਆਉਂਦੀਆਂ ਨਵੇਂ ਦਾ ਹੀ ਦਾਣਾ ਦੂਣਾ ਘਟਾ ਜਾਂਦੀਆਂ ਜੀ। ਠੀਕ ਹੈ, ਵੀ ਉੱਥੇ ਦੀ ਫੀਡ ਹੋਰ ਸੀ, ਆਪਾਂ ਇੱਥੇ 8000 ਵਰਤਦੇ ਹਾਂ। ਠੀਕ ਹੈ ਹਾਂਜੀ। ਇਸ ਟਾਈਮ 18 ਕਿਲੋ ਤਾਂ ਹੈਗਾ? ਹੈਗਾ ਹਾਂਜੀ ਹਾਂਜੀ। ਬੱਚਿਆਂ ਨੇ ਵੱਛੀ ਦਿੱਤੀ? ਹਾਂਜੀ, ਬੱਚਿਆਂ ਨੇ ਵੱਛੀ ਦਿੱਤੀ ਹੈ। ਕੀ ਰੇਟ ਰਹਿਣਾ ਰਸਦੀਪ ਬਾਈ? ਰੇਟ ਇਹਦਾ ਫੋਨ ਤੇ ਆ ਜੀ, ਖੋਲੀ ਰੇਟ ਦੋਸਤੋ ਫੋਨ ਦੇ ਉੱਤੇ ਬਾਈ ਦੱਸੂਗਾ। ਸੂਆ ਦੂਜਾ ਸੂਈ ਹੈ, ਦੁੱਧ 18 ਕਿਲੋ ਹੈਗਾ ਇਸ ਟਾਈਮ। 5-6 ਦਿਨ ਇਹਨੂੰ ਸੂਈ ਨੂੰ ਹੋਇਆ, ਢਾਂਚਾ ਚੰਗਾ। ਵੀਡੀਓ ਦੇ ਵਿੱਚ ਧਾਰਾਂ ਮਾਰਾਂਗੇ ਤੇ ਤੁਹਾਨੂੰ ਥਣ ਦਾ ਸਾਈਜ਼ ਵੀ ਜਿਹੜਾ ਉਹ ਚੰਗਾ ਲੱਗੂਗਾ। ਰੰਗ ਰੂਪੇ ਦਾ ਦੇਖ ਲਓ, ਤੇ ਇਹਨੇ ਵੱਛੀ ਨੂੰ ਜਨਮ ਦਿੱਤਾ। ਸੰਦੀਪੇ ਦਾ ਕਿਹੜਾ ਹੋਰ ਕਢਾ ਦਈਏ ਬਾਈ? ਹਾਂਜੀ, ਜਾਂ ਉਧਰ ਨੂੰ ਲੰਬੀ ਤੌਰ ਤੇ ਪਰਾਂ ਨੂੰ ਚੰਗੇ ਹਵਾਨੇ ਵਾਲੀ ਦੱਸੋ, ਤੇ ਥਣ ਵੀ ਇਹਦਾ ਦੱਸਦਾ ਵੀ ਇਹ ਦੁੱਧ ਵਾਲੀ ਗਾਂ, ਕਿਉਂਕਿ ਚੰਗੇ ਦੁੱਧ ਵਾਲੇ ਪਸ਼ੂ ਦਾ ਥਣ ਵੀ ਵੱਖਰਾ ਹੁੰਦਾ। ਬਾਕੀ ਪਾਸ ਤੁਸੀਂ ਕਰਨੀ ਹੈ, ਚੋ ਕੇ 2 ਟਾਈਮ ਦੇਖ ਸਕਦੇ ਹੋ ਤੁਸੀਂ। ਲਿਆ ਬਾਈ, ਸੋ ਪਹਿਲੇ ਨੰਬਰ ਤੇ ਦੂਜਾ ਸੂਆ, ਤਾਜ਼ੀ ਸੂਈ ਜਰਸੀ ਗਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ। ਇਹਨੇ ਵੱਛੀ ਨੂੰ ਜਨਮ ਦਿੱਤਾ ਹੈ, ਵੱਛੀ ਇਹਦੇ ਨਾਲ ਬਹੁਤ ਸੋਹਣੀ ਹੈ। ਵੱਛੀ ਦਾ ਨਾੜੂਆ ਨਾਲ ਹੈ। ਪਹਿਲਾਂ ਆਪਾਂ ਦੂਜੀਆਂ ਦਿਖਾ ਦਈਏ। ਹਾਂਜੀ, 2 ਨੰਬਰ ਤੇ ਜਿਹੜੀ ਵੈਰ, ਇਹ 6.5 ਮਹੀਨਿਆਂ ਦੀ ਗੱਭਣ ਆ ਬਾਈ, 2 ਦੰਦ ਕੱਢਦੀ ਆ ਮੂੰਹੇ। ਚੈੱਕ ਪਾਸ ਹੋ ਗਈ? ਹਾਂਜੀ ਹਾਂਜੀ, ਚੈੱਕ ਪਾਸ ਆ, ਕਰਾ ਕੇ ਲਿਆ ਵੇ ਜੀ ਨੇ। ਰੇਟ ਇਹਦਾ? ਰੇਟ ਇਹ ਦੇ ਦਾਂਗੇ ਆਪਾਂ ਜੀ 55,000 ਮੁੱਲ ਆ ਜੀ, 52,000 ਦੀ। ਠੀਕ ਹੈ, ਤੋਰ ਦੇ 52,000 ਚ ਦੱਸੋ। 6.5 ਮਹੀਨਿਆਂ ਦੀ ਗੱਭਣ, ਮਹੀਨੇ 2.5 ਬਾਕੀ ਹੈ, 2 ਦੰਦ ਕੱਢ ਰਹੀ ਹੈ। ਵੱਡੇ ਕੱਦ ਕਾਠ ਚ ਆਇਆ ਜਰਸੀ, ਜੇ ਦੇਖੋਗੇ ਤਾਂ ਉਹਦੇ ਹਿਸਾਬ ਤੇ ਹਾਈਟ ਲੈਂਥ ਫੁੱਲ ਹੈ। 52,000 ਦੀ ਬਾਈ ਕਹਿੰਦਾ ਦੇ ਦਿਆਂਗੇ, ਰੇਟ 55,000 ਡਿਮਾਂਡ ਹੈ। ਚੈੱਕ ਪਾਸ ਜੀ ਨੇ ਲਿਜਾਣੀ ਹੈ, ਇੱਥੋਂ ਹੀ ਕਰਵਾ ਕੇ ਲਿਜਾ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਲੰਬਾਈ ਹਾਈਟ ਸੋਹਣੀ ਹੈ, ਜਰਸੀ ਨਸਲ ਨੂੰ ਧਿਆਨ 'ਚ ਰੱਖੀਏ ਤਾਂ HF ਗਾਵਾਂ ਨੂੰ ਉੱਚੀ ਲੰਬੀ ਹੈ ਇਸ ਟਾਈਮ ਇਹ ਵੱਛੀ। ਇਹ 52,000 ਦੀ ਬਾਈ ਕਹਿੰਦਾ ਦੇ ਦਿਆਂਗੇ।
ਇੱਕ ਛੋਟਾ ਬੱਚਾ ਹੈਗਾ ਜਿਹੜਾ ਵਿਖਾਊ ਹੈ। ਸੁਨੀਪ ਬਾਈ ਕਿੰਨੀ ਉਮਰ ਹੋਊ ਅੰਦਾਜ਼ਾ? ਇਹਦੀ ਹੈਗੀ ਬਾਈ 9 ਕੁ ਮਹੀਨੇ ਉਮਰ ਹੈ ਜੀ। ਖੀਰਾ ਤੁਹਾਨੂੰ? ਹਾਂਜੀ ਹਾਂਜੀ ਉਹਨੂੰ ਦੋ ਖੀਰਾ। ਠੀਕ ਹੈ, ਰੇਤ ਦਾ ਰੇਟ ਕੀ ਰਹਿਣਾ? ਇਹ ਦੇ ਦਾਂਗੇ ਬਾਈ 15,000 ਦਾ ਜੀ। ਠੀਕ ਹੈ, 15,000 ਚ ਦੱਸੋ ਇਹ ਵੱਛੀ ਮਿਲ ਜੂਗੀ। ਸਾਂਭਣ ਵਾਲਾ ਵੀਰ ਜੇ ਕੋਈ ਸੰਭਾਲ ਸਕਦਾ, ਜਰਸੀ ਬਣੂਗੀ ਨਰੋਈ, ਡੀ ਵਰਮਿੰਗ ਹੋਣ ਵਾਲੀ ਲੱਗਦੀ ਹੈ ਇਹਦੀ। ਫੀਡ ਵਗੈਰਾ ਪਾ ਕੇ ਦੱਸੋ ਤੁਸੀਂ ਮਾਰਚ ਤੱਕ ਜਾਂਦਿਆਂ ਜਾਂਦਿਆਂ ਨੂੰ ਗੱਭਣ ਕਰਾ ਲਓਗੇ। ਥਣ ਚਾਰ ਹੀ ਹੈ, ਰੰਗ ਸੋਹਣਾ। ਸੋ ਇਹ ਦੋ ਵਹਿੜਾਂ ਜਿਹਨਾਂ 'ਚ ਇਹ ਵੱਛੀ ਛੋਟੀ ਉਮਰ ਦਾ ਬੱਚਾ ਹਜੇ, ਅਤੇ ਇਹਦੇ ਨਾਲ ਇਹ ਗੱਭਣ ਚੈੱਕ ਪਾਸ ਵੱਛੀ, ਅਤੇ ਇੱਕ ਗਾਂ ਦੁੱਧ ਵਾਲੀ ਜਿਹਦਾ ਆਪਾਂ ਬੱਚਾ ਵੀਰ ਲਾਊਗਾ, ਅਤੇ ਨਾਲ ਧਾਰਾਂ ਤੁਹਾਨੂੰ ਮਾਰ ਕੇ ਦਿਖਾ ਦੇਣਗੇ। ਸੀਲ ਸ਼ਰੀਫ ਜੀ ਗਾਂ ਦੱਸੋ ਜਿਵੇਂ ਖੜੀ ਸੀ ਉਵੇਂ ਹੀ ਪੈਰ ਇਹਦੇ ਖੜੇ ਹੈ। ਬੱਚਾ ਬਾਈ ਨੇ ਲਾਤਾ ਵੱਛੀ, ਇਹਦੇ ਨਾਲ ਹੈ, ਸੋਹਣੇ ਰੰਗ ਦੀ ਵੱਛੀ ਹੈ। ਥਣਾਂ ਬਾਰੇ ਪਹਿਲਾਂ ਹੀ ਦੱਸਿਆ ਵੀ ਸੋਹਣੇ ਆ, ਬਾਕੀ ਤੁਸੀਂ ਆ ਕੇ ਪਾਸ ਕਰ ਲਓਗੇ ਥਣਾਂ ਨੂੰ। ਆਪਾਂ ਇਸ ਸਾਈਡ ਤੋਂ ਧਾਰਾਂ ਦੇਖ ਲਾਂਗੇ। ਪਹਿਲਾਂ ਅਗਲੇ ਥਣਾਂ 'ਚ ਧਾਰ ਬੜੀ ਪੋਲੀ ਚਵਾਈ ਹੈ। ਸੰਦੀਪ ਮਾਰੀ ਪਿਛਲੇ ਥਣਾਂ 'ਚ ਹੋਈ ਧਾਰ, ਇਹ ਵੀ ਧਾਰ ਤੁਸੀਂ ਦੱਸੋ ਹੁਣ ਮਾਰੀ ਅਗਲੇ ਥਣਾਂ 'ਚ ਧਾਰ। ਸੰਦੀਪ ਮਾੜਾ ਨੇੜੇ ਥਣਾ ਡਰੂਗੀ ਮੇਰੇ ਤੋਂ, ਖੜੇ ਦੇਖੋ ਦੱਸੋ ਧਾਰ ਬੜੀ ਚੌੜੀ ਧਾਰ ਪੋਲੀ ਚਵਾਈ ਦੀ। ਜਿਹਨੇ ਧਾਰ ਨਹੀਂ ਚੋਣੀ ਆਉਂਦੀ ਉਹ ਵੀ ਸਿੱਖ ਲਊਗਾ ਇੱਦਾਂ ਦੀ ਚਵਾਈ ਇਸ ਗਾਂ ਦੀ ਹੈ। ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਤਿੰਨ ਜਿਹੜੇ ਉਹ ਵਿਕਾਊ ਸੀ, ਜਿਹਦੇ 'ਚ ਜਰਸੀ ਚੰਗੇ ਦੁੱਧ ਵਾਲੀ ਅਤੇ ਦੋ ਨਾਲ ਵੱਛੀਆਂ। ਤੁਸੀਂ ਆ ਕੇ ਦੇਖ ਕੇ ਤਸੱਲੀ ਨਾਲ ਖਰੀਦ ਲਿਓ। ਧੰਨਵਾਦ।